ये माँ जी हैं, इनकी दो बेटियां हैं, कमाने वाला कोई नहीं इनका। एक बेटा जो किसी से लेकर पाला हुआ था इन्होंने, वो भी गुम हो गया। रो क्यों रहे हो माँ जी? रो रहे हैं, जो जमींदार होते उन तक के गांधी मानी पक्कियां थे, कोई एक दो चिड़कता कोई एक दो चिड़कता कोई। चुप कर जो माँ जी, तुसी ना रोवो। कोई भी नहीं सुनता पिया साडी गरीबां दी। कोई कमाण वाला नहीं है? नहीं मियां हैगा, ओनू साथ ही नमारी है। ਮੇਰੀ ਕੋਈ ਮਦਦ ਕਰੇ, ਮੈਂ ਧੀਆਂ ਨੂੰ ਸਮਾਨ ਦੇ ਤਾਂ ਮੈਂ ਵੀ ਕਹਿੰਦਾ ਲਵ ਸਮਾਨ ਤਾਂ ਬਿਨਾਂ ਧੀਆਂ ਵੀ ਨਹੀਂ ਲੈਂਦੇ ਕੋਈ। ਆਪਦੇ ਮੈਂ ਭੈਣਾਂ ਭਰਾ ਵੀ ਛੱਡ ਗਏ ਨੇ ਮੈਨੂੰ, ਉਹਨਾਂ ਦਾ ਵੀ ਸਾਰਾ ਮੇਰੇ ਕੋਲ ਕੋਈ ਨਹੀਂ ਹੈਗਾ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਹੂੰ ਅਕਸਰ ਦਾ ਮੇਜ਼ਬਾਨ ਨਈਮ ਭੱਟੀ ਔਰ ਆਪ ਦੇਖ ਰਹੇ ਹੈ ਦੇਖੋ ਟੀਵੀ। ਨਾਜ਼ਰੀਨ, ਸਰਦ ਰਾਤੇ, ਸਰਦੀ ਕੇ ਦਿਨ ਔਰ ਹਮ ਲੋਕ ਆਪਣੇ गर्म कमरों के अंदर आराम फरमा रहे हैं, और ऐसे में कुछ लोग जो कि गुरबत से तंग आए, हालात से तंग आए, सड़कों पर, यानी कि अब आप ये देख सकते हैं कि ये माँ जी हैं, बुज़ुर्ग हैं, और ये सड़क पर मसवाक बेच रही हैं। अभी मैं गुज़र रहा था, मुझसे बात करने की इन्होंने कोशिश की है। इनकी दो बेटियाँ हैं, कमाने वाला कोई नहीं इनका। एक बेटा जो किसी से लेकर पाला हुआ था इन्होंने, वो भी ये रास्ते में लेके आई हैं, यहाँ पे उसको लाती थी अपने साथ, वो भी गुम हो गया। सारी कहानी क्या है माँ जी, खुद बताएंगे, इनसे बात करते हैं। अस्सलाम वालेकुम। बेटा लज पाला है। माँ जी की हाल जी? ठीक ठाक। रो क्यों रहे हो माँ जी? रो रहे हैं, जो जमींदार होते आज मैं मांगा भेजती भी, मेरे को बेटा नहीं है, मेरा कमाने वाला नहीं है। ਅੱਜ ਮੈਂ ਗਲੀਆਂ ਤੇ ਤੱਕੇ ਲੈਣੀ ਬਣਨੀ ਆ, ਪੱਕੀਆਂ ਤੇ ਰੋਟੀ ਬਣਨੀ ਆ, ਮੇਰੀਆਂ ਬੱਚੀਆਂ ਵੀ ਇੰਨਾ ਭੁੱਖਾ। ਮਾਂ ਜੀ, ਮਾਂ ਜੀ ਚੁੱਪ ਕਰ ਜਾਓ, ਚੁੱਪ ਕਰ ਜਾਓ, ਚੁੱਪ ਕਰ ਜਾਓ। ਮੇਰੀਆਂ ਧੀਆਂ ਭੁੱਖੀਆਂ ਬੈਠੀਆਂ, ਜੰਮੀ ਮੈਂ ਧੀਆਂ ਬਾਹਰ ਨਹੀਂ ਨਿਕਲਣ ਦਿੱਤਾ। ਓ ਮਾਂ ਜੀ, ਜਵਾਨਾਂ ਧੀਆਂ ਨੇ ਹਾਲਾਤ ਬੜੇ ਭੈੜੇ ਨੇ, ਮੈਂ ਆਪ ਫਲ ਲਿਆ ਕੰਮ ਦਿਖਾ ਦਿੱਤੇ ਤੇ ਬੱਚੀਆਂ ਨੂੰ ਜਾ ਦਿੱਤੇ, ਔਕਾਤ ਖੁਆ ਦੀ ਪਈਆਂ। ਮਾਂ ਜੀ ਭਰਾ ਕਿੰਨੇ ਜੇ? ਭਰਾ ਹੈਗੇ ਨੇ, ਆਪਣਾ ਘਰ ਵਾਲਾ ਵੀ ਮਾੜੇ ਬੰਦੇ ਨੇ। ਪੁੱਤਰ ਕੋਈ ਵੀ ਨਹੀਂ ਹੈ? ਨਹੀਂ ਪੁੱਤਰ ਨਹੀਂ। ਜਿਹੜਾ ਪੁੱਤਰ ਜੀ ਉਹ ਕਿੱਥੇ? ਪੁੱਤਰ ਨੱਸ ਗਿਆ ਹੈ, ਖਰਾਬ ਨਾ ਇੱਥੇ ਹਿੱਲ ਗਿਆ, ਬੱਚਿਆਂ ਨੇ ਨਸ਼ਾ ਨੁਸ਼ਾ ਕਰਦਾ ਹੁਣ, ਹੁਣ ਤੱਕੇ ਖਾਂਦੀ ਮਾਨੀ ਪੱਕੀਆਂ ਤੇ, ਕੋਈ ਇੱਦੂ ਝਿੜਕਦਾ ਕੋਈ ਇੱਦੂ ਝਿੜਕਦਾ ਕੋਈ ਇੱਦੂ ਝਿੜਕਦਾ, ਕੋਈ ਗਾਲੀ ਦਿੰਦਾ ਕੋਈ ਮੰਦਾ ਦਿੰਦਾ, ਚੁੱਪ ਕਰ ਗੁਜ਼ਾਰਾ ਘੱਤ ਕਰਦੀ ਮਾਨੀ ਹੈ। ਕੋਈ ਪੱਖੀ ਪੈਂਦਾ ਬੱਚੇ ਪੈ ਜਾਂਦੇ ਨੇ। ਬੇਟੀਆਂ ਸਾਰੀਆਂ ਸ਼ਾਦੀਸ਼ੁਦਾ? ਸ਼ਾਦੀਸ਼ੁਦਾ ਹੋਈ ਸੀ ਬੱਚੀ ਨੇ, ਉਹਨਾਂ ਕਾਗਜ਼ ਦਿੱਤਾ ਕੋਈ ਵੱਡਿਆਂ ਦਾ ਮਾਮਲਾ ਸੀ, ਤੋ ਵੀ ਉਹਨਾਂ ਕਹਾ ਉਹਨਾਂ ਕੋ ਸਮਾਨ ਨਹੀਂ ਦਿੱਤਾ ਜੀ। ਮੈਂ ਕੋ ਨਹੀਂ ਮੰਨੇਗੀ ਸਮਾਨ ਦੇ, ਅੱਜ ਮੈਂ ਕੀ ਕਰਾਂ? ਮੇਰਾ ਟੁੱਕਰ ਨਹੀਂ ਪੂਰਾ ਹੁੰਦਾ, ਮੇਰਾ ਕਿਰਾਏ 'ਤੇ ਮੈਂ ਬੈਠੀ ਹਾਂ, ਮੈਂ ਬੜੀ ਔਖੀ ਹਾਂ, ਮੇਰੇ ਵਕਤ ਲੈ ਤੇ ਮੈਨੇ ਆਪਦੇ ਮੈਨੂੰ ਜਕਾ ਨੇ ਕਾਲਾ, ਉਦੋਂ ਮੈਨੂੰ ਮੇਦੇ ਦਾ ਮਸਲਾ। ਮਾਂ ਜੀ ਚੁੱਪ ਕਰ ਜਾਓ, ਨਾ ਰੋਵੋ, ਨਾ ਰੋਵੋ ਮਾਂ ਜੀ, ਚੁੱਪ ਕਰ ਜਾਓ। ਅੱਲਾਹ ਪਾਕ ਤੁਹਾਡੀਆਂ ਪਰੇਸ਼ਾਨੀਆਂ ਦੂਰ ਕਰੇ, ਚੁੱਪ ਕਰ ਜਾਓ ਮਾਂ ਜੀ, ਤੁਸੀਂ ਨਾ ਰੋਵੋ। ਕੋਈ ਵੀ ਨਹੀਂ ਸੁਣਦਾ ਪਿਆ ਸਾਡੀ ਗਰੀਬਾਂ ਦੀ, ਮੱਤੀਆਂ ਰੁਲਦੀਆਂ ਮਾਂਦੀਆਂ ਨੇ, ਕਿਹਨੀ ਕੀ ਦੇ ਕਿਹਨੀ ਕੀ ਦੇ ਕਿਹਨੀ ਕੀ ਦੇ ਲੈ ਤੇ ਟੁਰੀ ਵਾਲੀ, ਕਿਰਾਇਆ ਦਾਰ ਵੀ ਤੰਗ ਕਰਦੇ ਨੇ, ਕਿਰਾਇਆ ਦੇ ਕਿਰਾਏ ਮਕਾਨ ਕਿਰਾਏ ਦਾ? ਹਾਂ ਮਕਾਨ ਕਿਰਾਏ ਤੇ ਹੈ, ਤੱਕੇ ਖਾਂਦੀ ਮਾਨੀਆਂ। ਕੋਈ ਕਮਾਣ ਵਾਲਾ ਨਹੀਂ ਹੈ? ਨਹੀਂ ਮੀਆਂ ਹੈਗਾ, ਉਹਨੂੰ ਸਾਥ ਹੀ ਨਮਾਰੀ ਹੈ, ਉਦੋਂ ਨੂੰ ਗੁੱਦੇ ਦਾ ਮਸਲਾ ਹੈ। ਮਾਂ ਜੀ ਕਿੰਨੇ ਦੀਆਂ ਦਿਹਾੜੀ 'ਚ ਵੇਚ ਲੈਂਦੇ ਹੋ? ਕਿਸ ਤਰ੍ਹਾਂ? ਕੋਈ ਵੀ ਇੱਕ ਜਾਂਦੀਆਂ ਨੇ, ਕੋਈ ਪਲਾ ਹੋਵੇ ਕਿਸੇ ਦਾ, ਕੋਈ ਐਵੇਂ ਦੇ ਦਿੰਦਾ ਕਿ ਤੁਹਾਡੇ ਘਰ ਦਾਦਾ ਘਰ ਤੇ ਨਾ, ਮੈਂ ਤੇ ਮੰਗਣ ਵਾਲੀ ਹੈਗੀ ਸਾ, ਨਾ ਕੁਝ ਕਹਿੰਦੇ, ਅੱਜ ਮੈਂ ਗਲੀਆਂ ਦੇ ਕੱਖ ਕੰਮ ਨੇ, ਮੈਂ ਕਿਸੇ ਕੰਮ ਨਹੀਂ ਹੈਗੀ, ਅੱਜ ਮੈਂ ਮੰਗਦੀ ਵਾਲੀ ਪਿੰਡੀ ਵਾਲੀ, ਮੈਂ ਮਾੜੀ ਮੇਰੀ ਕੋਈ ਮਦਦ ਕਰ ਦਿਆ, ਮੈਂ ਬੱਚੀਆਂ ਸਿਰੋਂ ਭਾਰ ਲਾ ਲਵਾਂ, ਮੈਂ ਕਿੱਥੇ ਦਿਲ ਕੀਤਾ ਮੈਂ ਰੋਟੀ ਮੁਰਗੀ ਖਾ ਲਾ। ਮੇਰੀ ਕੋਈ ਮਦਦ ਕਰੇ, ਮੈਂ ਧੀਆਂ ਨੂੰ ਸਮਾਨ ਦੇ ਤਾਂ ਮੈਂ ਵੀ ਕਹਿੰਦਾ ਲਵ ਸਮਾਨ ਤਾਂ ਬਿਨਾਂ ਧੀਆਂ ਵੀ ਨਹੀਂ ਲੈਂਦੇ ਕੋਈ, ਗਰੀਬਾਂ ਦੀਆਂ ਨੇ ਸਮਾਨ ਦਿਓ ਤੇ ਕੀ ਦਿਓ ਤੇ ਪਹਿਲਾਂ ਪੁੱਛਦੇ ਨੇ ਕੀ ਦਿਓ ਤੇ, ਮੇਰੇ ਕੋਲ ਨਹੀਂ ਮਦੇ ਜੋ ਕਿਸੇ ਨੇ ਅੱਜ ਤੱਕ ਮਦਦ ਨਹੀਂ ਕੀਤੀ ਤੁਹਾਡੀ, ਲੋਕ ਮਦਦ ਨਹੀਂ ਕਰਦੇ? ਕਿਸੇ ਵੀ ਨਹੀਂ ਕੀਤੀ, ਭੈਣ ਜੀ ਤੇ ਪੈਸੇ ਨਿਕਲਦੇ ਨੇ ਉਹ ਵੀ ਗਏ, ਉਹ ਵੀ ਨਹੀਂ ਦਿੱਤੇ ਕਿਸੇ ਵੀ, ਉਹ ਵੀ ਨਹੀਂ ਦਿੰਦੇ ਆਟਾ ਲੈਣ ਗੱਲ ਆਇਆ ਤੇ ਆਟਾ ਨਹੀਂ ਕਿਸੇ ਕਾਰਡ ਤੇ ਨਹੀਂ ਦਿੱਤਾ। ਨਾਜ਼ਰੀਨ ਇਹ ਜ਼ਰੂਰਤ ਹਾਲ ਹੈ, ਅਬ ਇਹ ਮਾਂ ਜੀ ਹੈ, ਇਹ ਦਿਖਾਏ ਜ਼ਰਾ ਜੀ ਕਿਸ ਤਰੀਕੇ ਸੇ ਇਹ ਆਪਣੇ ਬੱਚੋਂ ਕਾ ਪੇੜ ਪਾਲਨੇ ਕੇ ਲੀਏ ਮਕਾਨ ਕਿਰਾਏ ਗਏ
लेकिन इतनी सर्दी के अंदर ये रोडों पर मजबूर है, मसवाक बेचती हैं। अब ये देखें कि मसवाक बेच के ये अपने घर का गुजारा करती हैं। ये सारे दाबा ला देने मां निकल जाए तो पुलिस वाले काम में नहीं करन देंदे, सारे साले मार देंदे, परन मारो भी मार देंदे, पुलिस वाले मार देंदे, कारण भी दाबा लाया नहीं तो निकल जा मां। तो अब दे मैं पहना भरा भी छाड़ गए ने मेनू, ਉਹਨਾਂ ਵੀ ਨਹੀਂ ਹਿੰਮਤ ਦਿੱਤੀ ਮੈਨੂੰ, ਉਹਨਾਂ ਦਾ ਵੀ ਸਾਰਾ ਮੇਰੇ ਕੋਲ ਖੋ ਨਹੀਂ ਹੈਗਾ। ਨਾਜ਼ਰੀਨ ਇਹ ਜ਼ਰੂਰਤ ਹਾਲ ਹੈ ਕਿ ਇਹ ਮਾਂ ਜੀ ਆਪ ਦੇਖੇ ਕਿਤਨੀ ਸਰਦੀ ਕੇ ਅੰਦਰ ਔਰ ਇਸ ਵਕਤ ਤਕਰੀਬਨ 7 ਡਿਗਰੀ ਟੈਂਪਰੇਚਰ ਹੈ, ਲੇਕਿਨ ਹਕੂਮਤ ਕਹਾਂ ਸੋ ਰਹੀ ਹੈ, ਕਹਾਂ ਸੋ ਰਹੀ ਹੈ ਹਕੂਮਤ ਕਿ ਇਨ ਲੋਗੋਂ ਕੀ ਮਦਦ ਕਰਨੇ ਕੇ ਲੀਏ ਆਪਕੇ ਪਾਸ ਟਾਈਮ ਨਹੀਂ ਹੈ, ਸਿਰਫ ਆਪ ਬੜੇ ਬੜੇ ਵਾਹਨੋਂ ਮੇਂ ਬੈਠ ਕੇ ਆਪਣੀ ਯਾਨੀ ਕਿ ਜੋ ਯਾਨੀ ਕਿ ਆਪਣੀ ਸਮਝ ਲੈ ਕੇ ਸਿਆਸਤ ਕਾ ਚੂਰਨ ਬੇਚਨੇ ਕੇ ਲੀਏ ਆਪ ਜਨਾਬ ਟੀ ਵੀ ਵੀ ਆ ਜਾਂਦੇ ਹੈ, ਔਰ ਆਪਕੋ ਸ਼ਰਮ ਨਹੀਂ ਆਤੀ ਹੈ ਕਿ ਐਸੇ ਲੋਕ ਜਿਨ ਕੀ ਮਦਦ ਕਰਨੀ ਚਾਹੀਏ ਆਪ ਇਨ ਲੋਗ ਕੀ ਮਦਦ ਨਹੀਂ ਕਰਤੇ, ਔਰ ਯੇ ਰੋਡੋਂ ਪਰ ਐਸੇ ਲੋਕ ਪੂਛ ਤੋ ਹੋਗੀ ਇਸਕੀ ਪੂਛਾ ਜਾਏਗਾ ਆਪਸੇ ਵੀ ਔਰ ਹਮਸੇ ਹੀ ਪੂਛਾ ਜਾਏਗਾ ਕਿ ਬਤਾਓ ਭਈ ਤੁਮਨੇ ਕਿਆ ਕੀਆ, ਔਰ ਹਮ ਤੋ ਬਤਾਏਂਗੇ कि हमने तो सोई हुई आंखों को जगाया, उन बहरे कानों को हमने यानी कि बताने की कोशिश की कि खुदारा ऐसे लोगों की मदद करें, ऐसे लोग जो के मदद के मुस्तहिक हैं। अब इनकी एज देख लें, इतनी सर्दी के अंदर अपने बच्चों का पेट पाल रही हैं ये। अगर कोई मुखय्यर हजरात ये वीडियो देख रहे हैं तो खुदारा उनसे दरख्वास्त है कि इस माँ जी की मदद की जाए। ये शादरा चौंक पर ये मसवाक बेचती हैं, ये यहाँ पर आती हैं और उनकी वो कह रही हैं कि मुझे यहाँ पुलिस वाले मारते हैं, मुझे काम नहीं करने देते, तो खुदारा खुदारा ऐसे लोगों की मदद करें। कमेंट सेक्शन में अपनी राय से ज़रूर आगाह कीजिएगा, अपने मेज़बान नईम भट्टी को दीजिए इजाज़त और देखते रहिए देखो टीवी।